ਸਾਲਾ ਕਹਿੰਦਾ ਹਾਂਜੀ ਜੀਜਾ ਜੀ ਜੀਜਾ ਜੀ ਸਾਲਾ ਕਹਿੰਦਾ ਜੀਜਾ ਜੀ ਤੁਹਾਨੂੰ ਨਾ ਗਊ ਵਰਗੀ ਭੈਣ ਦਿੱਤੀ ਆ ਸਾਡੀ ਭੈਣ ਤਾਂ ਗਊ ਹੈ ਉਹ ਕਹਿੰਦਾ ਫਿਰ ਗਊਸ਼ਾਲਾ ਦੇ ਦੇਣਾ ਸੀ ਮੇਰੇ ਨਾਲ ਕਿਉਂ ਬੰਨੀ ਸੀ ਉਹ ਪਤਨੀ ਕਹਿੰਦੀ ਜਿਹੜਾ ਰੋਜ ਪੀਂਦਾ ਮੈਨੂੰ ਉਹਦੇ ਨਾਲ ਕੋਈ ਹਮਦਰਦੀ ਨਹੀਂ ਹੈਗੀ ਤੇ ਬੰਦਾ ਕਹਿੰਦਾ ਜਿਹਨੂੰ ਰੋਜ ਪੀਣ ਨੂੰ ਮਿਲ ਜਾਏ ਉਹਨੂੰ ਹਮਦਰਦੀ ਦੀ ਲੋੜ ਵੀ ਨਹੀਂ ਹੈਗੀ ਇੱਕ ਬੰਦੇ ਨੇ ਤੋਬਾ ਕਰ ਲਈ ਕਹਿੰਦਾ ਵੀ ਮੈਂ ਹੁਣ ਨਹੀਂ ਪੀਆ ਕਰਨੀ ਉਹ ਗਰਾਜ ਚ ਗਿਆ ਬੋਤਲ ਚੁੱਕੀ ਤੇ ਠਾ ਕਰਕੇ ਮਾਰੀ ਕਹਿੰਦਾ ਤੇਰੇ ਕਰਕੇ ਮੇਰੀ ਨੌਕਰੀ ਵੀ ਛੁੱਟ ਗਈ ਦੂਜੀ ਚੁੱਕੀ ਠਾ ਕਰਕੇ ਮਾਰੀ ਕਹਿੰਦਾ ਤੇਰੇ ਕਰਕੇ ਮੇਰਾ ਘਰ ਵੀ ਵਿਕ ਗਿਆ ਤੀਜੀ ਚੁੱਕੀ ਠਾ ਕਰਕੇ ਮਾਰੀ ਕਹਿੰਦਾ ਤੇਰੇ ਕਰਕੇ ਮੇਰੀ ਪਤਨੀ ਵੀ ਛੱਡ ਗਈ ਚੌਥੀ ਚੁੱਕੀ ਉਹ ਭਰੀ ਹੋਈ ਸੀ ਕਹਿੰਦਾ ਤੂੰ ਪਰੇ ਹਟ ਜਾ ਤੂੰ ਹਾਲੇ ਬੇਕਸੂਰ ਮੈਂ ਪਤਨੀਆਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਿ ਜੇ ਪਤੀ ਤੁਸੀਂ ਸਬਜ਼ੀ ਬਣਾਈਏ ਰੋਟੀ ਬਣਾਈਏ ਪਤੀ ਕਵੇ ਨਾ ਐ ਅਚਾਰ ਲਿਆਏ ਥੋੜਾ ਜਿਹਾ ਇਹਦਾ ਮਤਲਬ ਇਹ ਹੈ ਕਿ ਜਿਹੜੀ ਸਬਜ਼ੀ ਹੈ ਨਾ ਉਹਦੇ ਚ ਕੋਈ ਦਮ ਨਹੀਂ ਹੈਗਾ ਜਿਹੜੀ ਸਬਜ਼ੀ ਬਣਾਈਏ ਉਹਦੇ ਚ ਕੋਈ ਦਮ ਨਹੀਂ ਹੈਗਾ ਪਰ ਪਤਨੀਆਂ ਨੂੰ ਇਹ ਵੀ ਖੁਸ਼ ਹੋਣਾ ਚਾਹੀਦਾ ਕਿ ਪਤੀ ਵਿਚ ਵੀ ਦਮ ਨਹੀਂ ਹੈਗਾ ਕਿ ਇਹ ਕਹਿ ਸਕੇ ਕਿ ਸਬਜ਼ੀ ਵਿਚ ਦਮ ਨਹੀਂ ਹੈਗਾ ਨਵਾਂ ਨਵਾਂ ਵਿਆਹ ਹੋਇਆ ਸੀ ਤੇ ਪਤਨੀ ਨੇ ਰੋਟੀ ਬਣਾਈ ਤੇ ਥਾਲੀ ਵਿਚ ਪਾ ਕੇ ਪਤੀ ਨੂੰ ਦਿੱਤੀ ਤੇ ਸਬਜ਼ੀ ਚ ਮਿਰਚਾਂ ਬੜੀਆਂ ਸੀ ਤੇ ਉਹ ਖਾ ਕੇ ਨਾ ਤੇ ਪਤਨੀ ਕਹਿੰਦੀ ਕਿਹੋ ਜਿਹੀ ਬਣੀ ਸੀ ਕਹਿੰਦਾ ਬਹੁਤ ਵਧੀਆ ਸੀ ਪਤਨੀ ਕਹਿੰਦੀ ਪਰ ਤੁਹਾਡੀਆਂ ਤਾਂ ਅੱਖਾਂ ਵਿਚ ਪਾਣੀ ਆ ਗਿਆ ਕਹਿੰਦਾ ਇਹ ਖੁਸ਼ੀ ਦੇ ਆਂਸੂ ਨੇ ਉਹਨੇ ਕੜਛੀ ਚੁੱਕ ਕੇ ਹੋਰ ਪਾਈ ਕਹਿੰਦਾ ਨਹੀਂ ਹੋਰ ਖੁਸ਼ੀ ਮੇਰੇ ਕੋਲ ਬਰਦਾਸ਼ਤ ਨਵੀਂ ਨਵੀਂ ਆਈ ਸੀ ਪਤਨੀ ਨਵੀਂ ਨਵੀਂ ਆਈ ਸੀ ਤੇ ਉਹਨੇ ਨਾ ਰੋਟੀਆਂ ਬਣਾਉਣ ਲੱਗੀ ਰਸੋਈ ਚ ਜਾ ਕੇ ਤੇ ਕੋਈ ਆਵਾਜ਼ ਨਹੀਂ ਸੀ ਆ ਰਹੀ ਪਤੀ ਨੂੰ ਥੋੜਾ ਜਿਹਾ ਸ਼ੱਕ ਜਿਹਾ ਪਿਆ ਕਿਉਂਕਿ ਚਕਲੇ ਦੀਆਂ ਨਾ ਤਿੰਨ ਟੰਗਾਂ ਹੁੰਦੀਆਂ ਨੇ ਇੱਕ ਟੁੱਟੀ ਹੋਈ ਸੀ ਤੇ ਉਹ ਜਦੋਂ ਵੇਲਦੇ ਹੋ ਨਾ ਤਾਂ ਖੱਟ ਪੱਟ ਦੀ ਆਵਾਜ਼ ਆਉਂਦੀ ਸੀ ਪਰ ਉਹਨੇ ਕਿਹਾ ਆਵਾਜ਼ ਕੋਈ ਨੀ ਆ ਰਹੀ ਜਾ ਕੇ ਦੇਖਿਆ ਤੇ ਪਤਨੀ ਬੜੇ ਆਰਾਮ ਨਾਲ ਫੁਲਕੇ ਬਣਾ ਰਹੀ ਸੀ ਵੇਲ ਰਹੀ ਸੀ ਕਹਿੰਦਾ ਕੀ ਗੱਲ ਹੋਈ ਹੈ ਵੀ ਇਹ ਤਾਂ ਚਕਲੇ ਦੀ ਆਵਾਜ਼ ਆਣੀ ਕਹਿੰਦੀ ਮੈਨੂੰ ਨਾ ਦੇਖੋ ਜੀ ਨਵਾਂ ਨਵਾਂ ਵਿਆਹ ਹੋਇਆ ਸੀ ਕਹਿੰਦੀ ਮੈਨੂੰ ਖੱਟਪੱਟ ਪਸੰਦ ਨਹੀਂ ਹੈਗੀ ਇਹਦੀਆਂ ਇਹ ਦੋ ਲੱਤਾਂ ਖੱਟਪੱਟ ਕਰ ਰਹੀਆਂ ਸੀ ਮੈਂ ਉਹਦੀਆਂ ਦੋਵੇਂ ਲੱਤਾਂ ਵੱਢ ਦਿੱਤੀਆਂ ਪਤੀ ਕਹਿੰਦਾ ਉਸ ਤੋਂ ਬਾਅਦ ਮੈਂ ਖੱਟਪੱਟ ਕਦੇ ਨਹੀਂ ਕੀਤੀ